ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਖੁਸ਼ਹਾਲ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਦੁਨੀਆ ਦੇ ਉੱਤੇ ਚੰਗੀ ਪੋਜੀਸ਼ਨ ਦੇ ਵਿੱਚ ਲੱਗ ਸਕਣ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਡਰੱਗਸ ਖਤਮ ਕੀਤੀਆਂ ਜਾਣ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਰਿਸ਼ਟ ਪੁਸ਼ਟ ਅਤੇ ਹਰ ਪੱਖੋਂ ਅੱਗੇ ਵਧਣ ਵਾਲੇ ਨੌਜਵਾਨ ਹੋਣੇ ਚਾਹੀਦੇ ਨੇ, ਜੇ ਇਹ ਸਾਰੀਆਂ ਗੱਲਾਂ ਚਾਹੁੰਦੇ ਹੋ ਕਿ ਹੋਣ, ਤਾਂ ਤੁਹਾਨੂੰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵਰਗੀ ਜਥੇਬੰਦੀ ਨੂੰ ਸਪੋਰਟ ਕਰਨ ਦੀ ਲੋੜ ਹੈ, ਕਿਉਂਕਿ ਇਸ ਜਥੇਬੰਦੀ ਰਾਹੀਂ ਮੁੱਖ ਅਤੇ ਮੁੱਖ ਇਹਦਾ ਉਦੇਸ਼ ਇਹ ਹੈ ਕਿ ਪੰਜਾਬ ਦੀ ਨੌਜਵਾਨੀ, ਸਿੱਖਾਂ ਦਾ ਜਿਹੜਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹਨੂੰ ਉਜਲਾ ਬਣਾਉਣ ਲਈ ਸਾਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ। ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਇੱਕ ਵਾਸ਼ਿੰਗਟਨ ਬੇਸਡ ਜਥੇਬੰਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਜਿਹੜੇ ਬਹੁਤ ਹੀ ਗਰੀਬ ਬੱਚੇ ਨੇ ਜਿਹੜੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਕੋਈ ਡਿਗਰੀ ਕੋਰਸ ਕਰਨਾ ਚਾਹੁੰਦੇ ਨੇ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਮੈਡੀਕਲ ਆਫਿਸਰ ਬਣਨਾ ਚਾਹੁੰਦਾ, ਜਾਂ ਇੰਜੀਨੀਅਰ ਬਣਨਾ ਚਾਹੁੰਦਾ, ਜਾਂ ਆਈ ਟੀ 'ਚ ਜਾਣਾ ਚਾਹੁੰਦਾ, ਉਹਨਾਂ ਗਰੀਬ ਬੱਚਿਆਂ ਨੂੰ ਮਾਇਕ ਤੌਰ ਦੇ ਉੱਤੇ ਸਹਾਇਤਾ ਦਿੰਦੀ ਹੈ ਇਹ ਜਥੇਬੰਦੀ। ਅਤੇ ਪਿਛਲੇ 20 ਸਾਲਾਂ ਦੇ ਵਿੱਚ ਤਕਰੀਬਨ 6000 ਤੋਂ ਵੱਧ ਬੱਚਿਆਂ ਨੂੰ ਸਕੋਲਰਸ਼ਿਪ ਦਿੱਤੀ ਗਈ ਹੈ, ਵਜ਼ੀਫੇ ਦਿੱਤੇ ਗਏ ਨੇ, ਅਤੇ ਇਹ ਬੱਚੇ ਹੁਣ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਨੇ, ਕਈ ਇਹਨਾਂ ਵਿੱਚ ਪ੍ਰੋਫੈਸ਼ਨਲ ਬਣ ਚੁੱਕੇ ਨੇ ਅਤੇ ਕਈ ਚੰਗੀਆਂ ਚੰਗੀਆਂ ਕੰਪਨੀਆਂ 'ਚ ਕੰਮ ਕਰ ਰਹੇ ਨੇ। ਅਸੀਂ 2018 'ਚ 656 ਸਕਾਲਰਸ਼ਿਪ ਦਿੱਤੇ ਸੀ, 2018-2019 ਅਸੀਂ 675 ਸਕਾਲਰਸ਼ਿਪ ਦੇ ਚੁੱਕੇ ਹਾਂ, ਅਤੇ $540 ਤੇ ਇੱਕ ਸਕਾਲਰਸ਼ਿਪ ਇੱਕ ਸਾਲ ਦਾ ਹੈ, ਹਰ ਸਾਲ ਸਕਾਲਰਸ਼ਿਪ ਦਾ ਨੰਬਰ ਉੱਪਰ ਜਾ ਰਿਹਾ ਹੈ। ਇਹ ਸਾਰਾ ਜਿਹੜਾ ਹੈ ਅਤੇ ਸਾਡੇ ਡੋਨਰ ਵਾਸ਼ਿੰਗਟਨ ਏਰੀਆ ਦੇ ਸਪੈਸ਼ਲੀ, ਬਟ ਥਰੂ ਆਊਟ ਯੂਨਾਈਟਿਡ ਸਟੇਟਸ, ਕੈਨੇਡਾ, UK, ਕਾਫੀ ਲੋਕ ਇਸ ਪ੍ਰੋਗਰਾਮ 'ਚ ਮਦਦ ਕਰ ਰਹੇ ਹਨ, ਐਂਡ ਵੀ ਆਰ ਐਕਸਟ੍ਰੀਮਲੀ ਗ੍ਰੇਟਫੁਲ ਟੂ ਦੈਮ। ਬਹੁਤੇ ਬੱਚੇ ਜਿਹੜੇ ਨੇ ਜੀ ਇਹ ਪੰਜਾਬ ਔਰ ਉਹਦੇ ਜੁੜਵੇਂ ਏਰੀਆ ਦੇ ਵਿੱਚੋਂ, ਪਿੰਡਾਂ 'ਚੋਂ ਆਉਂਦੇ ਨੇ, ਗਰੀਬ ਘਰਾਂ ਦੇ ਹੈਗੇ ਨੇ, ਕਿਸੇ ਦੇ ਮਾਪੇ ਜਿਹੜੇ ਨੇ ਉਹ ਰਿਕਸ਼ਾ ਚਲਾ ਰਹੇ ਨੇ ਜਾਂ ਲੇਬਰ ਦਾ ਕੰਮ ਕਰ ਰਹੇ ਨੇ, ਜਾਂ ਪਿਤਾ ਨਹੀਂ ਹੈਗਾ ਅਤੇ ਮਾਂ ਇਹੋ ਜਿਹੇ ਛੋਟੇ ਛੋਟੇ ਕੰਮਾਂ ਕਰਕੇ ਬੱਚਿਆਂ ਦੀ ਪੜ੍ਹਾਈ ਲਈ ਮਿਹਨਤ ਕਰਦੀ ਹੈ, ਅਤੇ ਬੱਚੇ ਜਿਹੜੇ ਨੇ ਅੱਗੋਂ ਪੜ੍ਹ ਜਾਣ, ਇਹ ਪੰਜਾਬ ਦੀ ਹਾਲਾਤ ਵੀ ਸੁਧਾਰ ਦੇਣਗੇ ਅਤੇ ਨਾਲੇ ਮਾਵਾਂ ਦੇ ਜਿਹੜੇ ਸੁਪਨੇ ਨੇ ਉਹ ਵੀ ਪੂਰੇ ਹੁੰਦੇ ਨੇ। ਬਹੁਤੇ ਜਿਹੜੇ ਬੱਚੇ ਆਉਂਦੇ ਨੇ ਪਿੰਡਾਂ ਤੋਂ ਇਹ ਅੰਗਰੇਜ਼ੀ ਬਿਲਕੁਲ ਨਹੀਂ ਬੋਲ ਸਕਦੇ, ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਨਾਲ ਪ੍ਰੋਫੈਸ਼ਨਲ ਪੜ੍ਹਾਈ ਕਰਾ ਕੇ ਇਹਨਾਂ ਦੇ ਜੋਬਸ ਨੂੰ ਲੈਣ ਵਾਸਤੇ ਇਹਨਾਂ ਦੀ ਥੋੜ੍ਹੀ ਜਿੰਨੀ ਟ੍ਰੇਨਿੰਗ ਵੀ ਕਰਾਈ ਦੀ ਹੈ, ਅਤੇ ਹੁਣ ਕਈ ਬੱਚੇ ਨੇ ਜਿਹੜੇ ਵੈਸਟਰਨ ਪਾਰਟ ਆਫ ਦਾ ਵਰਲਡ ਵਿੱਚ ਆ ਕੇ ਸੈਟਲ ਹੋਏ ਹੋਏ ਨੇ, ਕਈ ਬੱਚੇ ਨੇ ਜਿਹੜੇ ਇਨਫੋਸਿਸ ਦੇ ਵਿੱਚ ਨੇ, ਕਈ ਬੱਚੇ ਨੇ ਜਿਹੜੇ ਪ੍ਰੋਜੈਕਟ ਇੰਜੀਨੀਅਰਸ ਬਣੇ ਹੋਏ ਨੇ, ਜਿਹੜੇ ਨੈਸ਼ਨਲ ਲੈਵਲ 'ਤੇ ਰੇਲਵੇਜ਼ ਦੇ ਸਟਾਕਸ ਦੇ ਲਈ ਕੰਮ ਕਰ ਰਹੇ ਨੇ। ਇਹ ਸਾਡਾ ਫੀਮੇਲ ਐਜੂਕੇਸ਼ਨ 'ਚ ਖਾਸ ਕਰਕੇ ਬੜਾ ਹੀ ਜ਼ੋਰ ਆ, ਪਿੰਡਾਂ ਦੀ ਕੁੜੀਆਂ ਨੂੰ ਅੱਗੇ ਲੈ ਕੇ ਆਉਂਦਾ। ਕਈ ਪਿੰਡਾਂ ਦੀ ਕੁੜੀਆਂ ਇਸ ਤਰ੍ਹਾਂ ਦੇ ਸਨ ਕਿ ਕਿਸੇ ਪਿੰਡ ਦੀ ਪਹਿਲੀ ਕੁੜੀ ਸਾਡੇ ਸਕਾਲਰਸ਼ਿਪ 'ਤੇ ਪੜ੍ਹੀ ਅਤੇ ਉਸ ਤੋਂ ਬਾਅਦ ਹੋਰ ਕੋਈ ਕੁੜੀਆਂ ਪੜ੍ਹ। ਇਸ ਕਰਕੇ ਵੀ ਕੁੜੀਆਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਉਹਦੇ ਨਾਲ ਸੁਧਾਰ ਹੋਏਗਾ ਪੂਰੀ ਫੈਮਿਲੀ ਦਾ, ਅੱਗੋਂ ਉਹਨਾਂ ਦੇ ਬੱਚਿਆਂ ਦਾ। ਸੋ ਇਸ ਲਈ ਜਨਰੇਸ਼ਨ ਜਿਹੜੀ ਹੈਗੀ ਉਹ ਇੰਪਰੂਵ ਹੁੰਦੀ ਹੈ, ਕੋਸ਼ਿਸ਼ ਸਾਡੀ ਰਹਿੰਦੀ ਹੈ 65% ਤੋਂ ਉੱਤੇ ਰੱਖਣ ਵਾਸਤੇ। ਸੋ 675 ਸਕਾਲਰਸ਼ਿਪ ਸੀ, $3,00,000 ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਲਈ ਇਸ ਜਥੇਬੰਦੀ ਵੱਲੋਂ ਭੇਜਿਆ ਗਿਆ। ਉਸ ਤੋਂ ਪਹਿਲਾਂ 550 ਸਨ, ਉਸ ਤੋਂ ਪਹਿਲਾਂ ਵੀ 500 ਦੇ ਕਰੀਬ, ਪੌਣੇ 500, ਇਸ ਤਰ੍ਹਾਂ ਹਰ ਸਾਲ ਨੰਬਰ ਪੰਜਾਬ ਦਾ ਹਰ ਡਿਸਟ੍ਰਿਕਟ ਕਵਰ ਹੈ, ਹਰ ਡਿਸਟ੍ਰਿਕਟ ਦੇ ਵਿੱਚ ਬੱਚੇ ਲੈ ਜਾਂਦੇ। ਸਾਡੇ 7 ਸੈਂਟਰ ਨੇ, ਜਿਸ ਤਰ੍ਹਾਂ ਤੁਹਾਨੂੰ ਉੱਥੇ ਪਤਾ, 6 ਸੈਂਟਰ ਪੰਜਾਬ 'ਚ ਹਨ। ਬੱਚਿਆਂ ਨੂੰ ਫਾਊਂਡੇਸ਼ਨ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਨੇ, ਉਹਨਾਂ ਦਾ ਫਿਰ ਉਹਨਾਂ ਨੂੰ ਦੱਸਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਅਪਲਾਈ ਕਰੋ, ਉਹਨਾਂ ਦੀ ਹੈਲਪ ਕਰਦੇ ਨੇ। ਉਸ ਤੋਂ ਇਲਾਵਾ ਫਿਰ ਉਹਨਾਂ ਦਾ ਰਿਟਨ ਟੈਸਟ ਲਿਆ ਜਾਂਦਾ, ਪੰਜਾਬੀ ਵਿੱਚ ਟੈਸਟ ਲਿਆ ਜਾਂਦਾ। ਉਸ ਤੋਂ ਇਲਾਵਾ ਫਿਰ ਉਹਨਾਂ ਦਾ ਇੰਟਰਵਿਊ ਲਿਆ ਜਾਂਦਾ, ਇੰਟਰਵਿਊ 'ਚ ਘਰ ਦੇ ਹਾਲਾਤ ਪੁੱਛੇ ਜਾਂਦੇ ਨੇ, ਇਵੈਲੂਏਟ ਕਰਦੇ ਨੇ ਕਿ ਇਸ ਬੱਚੇ ਨੂੰ ਕਿੰਨੀ, ਇਹਦੀ ਫੈਮਿਲੀ ਕਿੰਨੀ ਸਪੋਰਟ ਕਰ ਸਕਦੀ ਹੈ, ਅਸੀਂ ਕਿੰਨਾ ਪੈਸੇ ਦਈਏ ਤਾਂ ਜੋ ਇਹ ਡੈਫੀਨੇਟਲੀ ਸਾਡਾ ਸਕਾਲਰਸ਼ਿਪ ਲੈ ਕੇ ਅਤੇ ਅੱਗੇ ਪੜ੍ਹ ਜਾਏ। 1,80,000 ਰੁਪਇਆ ਫੈਮਿਲੀ ਦੀ ਇਨਕਮ ਮੈਕਸੀਮਮ ਹੋਣੀ ਚਾਹੀਦੀ ਹੈ। ਉਸ ਤੋਂ ਘੱਟ ਇਨਕਮ ਵਾਲੇ ਬੱਚੇ ਹੋਣਗੇ ਉਹ ਸਾਰੇ ਇਸ ਪ੍ਰੋਗਰਾਮ 'ਚ ਆ ਸਕਦੇ ਹਨ। ਪੰਜਾਬ ਦੇ ਵਿੱਚ ਹਰ ਸਾਲ ਜਿਹੜੇ ਬਹੁਤ ਗਰੀਬ ਬੱਚੇ ਨੇ, ਆਪਣੇ ਕਿਸਾਨਾਂ ਦੇ ਬੱਚੇ ਨੇ, ਜਿਨ੍ਹਾਂ ਕਿਸਾਨਾਂ ਨੇ ਸੁਸਾਈਡ ਕਰ ਲਿਆ, ਆਤਮ ਹੱਤਿਆ ਕਰ ਲਈ, ਕਿਉਂਕਿ ਕਰਜ਼ਾ ਇੰਨਾ ਚੜਿਆ ਹੋਇਆ ਸੀ, ਪਰ ਉਸ ਪਰਿਵਾਰ ਦੀਆਂ ਕੁੜੀਆਂ ਨੇ ਵੀ 6 ਮਹੀਨੇ ਆਪਣੇ ਪਿਓ ਦੇ ਮਰਨ ਤੋਂ ਬਾਅਦ ਵੀ ਪੜ੍ਹਾਈ ਕਰਨ ਲਈ ਅਪੀਲ ਕੀਤੀ, ਸਾਨੂੰ ਐਪਲੀਕੇਸ਼ਨ ਭੇਜੀ ਅਤੇ ਉਹਨਾਂ ਨੂੰ ਸਪੋਰਟ ਦਿੱਤੀ ਗਈ ਹੈ। ਸੋ ਕਈ ਰਾਗੀ ਸਿੰਘਾਂ ਦੇ ਬੱਚੇ ਨੇ, ਕਈ ਗ੍ਰੰਥੀ ਦੇ ਬੱਚੇ ਨੇ, ਜਿਹੜੇ ਕਿ ਬਿਲਕੁਲ ਪੜ੍ਹਾ ਨਹੀਂ ਸਕਦੇ ਆਪਣੇ ਬੱਚਿਆਂ ਨੂੰ, ਕੋਈ ਡਾਕਟਰ ਨਹੀਂ ਬਣਾ ਸਕਦਾ, ਕੋਈ ਇੰਜੀਨੀਅਰ ਨਹੀਂ ਬਣਾ ਸਕਦਾ, ਪਰ ਇਸ ਜਥੇਬੰਦੀ ਦੀ ਸਪੋਰਟ ਦੇ ਨਾਲ ਉਹ ਕੰਮ ਹੋ ਰਿਹਾ। ਅਤੇ ਆਪ ਸਾਰਿਆਂ ਨੂੰ ਅਪੀਲ ਹੈ ਕਿ ਇਸ ਦੀ ਵੈਬਸਾਈਟ 'ਤੇ ਜਾਓ ਅਤੇ ਤੁਸੀਂ ਉੱਥੇ ਜਾ ਕੇ ਇਹ ਵੀ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੂੰ ਤੁਸੀਂ ਸਿਲੈਕਟ ਕਰਕੇ ਸਪੋਂਸਰ ਕਰਨਾ ਚਾਹੁੰਦੇ ਹੋ ਉਹਦੀ ਫੋਟੋ ਲੱਗੀ ਹੋਈ ਹੈ,
ਉਹਦਾ ਵੇਰਵਾ ਦਿੱਤਾ ਹੋਇਆ। ਤੁਸੀਂ ਜਾ ਕੇ ਕਲਿੱਕ ਕਰਕੇ ਆਪਣੇ ਇਲਾਕੇ ਜਿਹੜੇ ਇਲਾਕੇ 'ਚ ਜਿਹੜੇ ਪ੍ਰੋਫੈਸ਼ਨ 'ਚ ਬੱਚੇ ਨੂੰ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ। ਕਈ ਬੱਚੇ ਹਰਿਆਣਾ, ਹਿਮਾਚਲ ਔਰ ਦਿੱਲੀ ਦੇ ਵੀ ਹੈਗੇ ਨੇ, ਜੰਮੂ ਦੇ ਵੀ ਔਰ ਜੰਮੂ ਦੇ ਵੀ, ਜੰਮੂ ਕਸ਼ਮੀਰ ਦੇ ਵੀ ਨੇ। ਸੋ ਅਸੀਂ ਭੇਦਭਾਵ ਨਹੀਂ ਕਰਦੇ ਕਿ ਸਿੱਖ ਬੱਚੇ ਹੋਣ ਜਾਂ ਮੁਸਲਮਾਨ ਹੋਣ ਜਾਂ ਹਿੰਦੂ ਹੋਣ। ਕੋਈ ਵੀ ਬੱਚਾ ਜਿਹੜਾ ਵੀ ਸਾਡੇ ਟੈਸਟ ਵਿੱਚੋਂ ਪਾਸ ਹੋ ਜਾਂਦਾ ਸਾਡੇ ਕ੍ਰਾਈਟੀਰੀਆ ਦੇ ਉੱਤੇ ਖਰਾ ਉਤਰਦਾ ਹੈ। ਪਰ 80% ਜਿਹੜੇ ਬੱਚੇ ਜਿਨ੍ਹਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਉਹ ਸਿੱਖ ਘਰਾਂ ਦੇ ਬੱਚੇ ਨੇ, ਸਿੱਖ ਬੱਚੇ ਨੇ। ਅਤੇ ਕਈ ਬੱਚੇ ਕੀਰਤਨ ਕਰਦੇ ਨੇ, ਕੋਈ ਗੱਤਕਾ ਸਿਖਾਉਂਦਾ ਪਰ ਨਾਲ ਨਾਲ ਪੜ੍ਹਾਈ ਕਰਨਾ ਚਾਹੁੰਦਾ। ਅਤੇ ਇੱਥੇ ਅਮੈਰੀਕਾ ਦੀ AT&T ਇੱਕ ਬਹੁਤ ਵੱਡੀ ਕੰਪਨੀ, ਇਸ ਵੇਲੇ ਸਾਡੇ ਇਸ ਜਥੇਬੰਦੀ ਦੀ ਸਪੋਰਟ 'ਤੇ ਪੜ੍ਹਿਆ ਹੋਇਆ ਬੱਚਾ ਦੇ ਬੜੀ ਟੋਪ ਪੋਜੀਸ਼ਨ ਦੇ ਵਿੱਚ ਲੱਗਿਆ ਹੋਇਆ। ਤੁਹਾਡੇ ਕਿਸੇ ਕਿਸਮ ਦੇ ਕੋਈ ਕੁਐਸਚਨ ਇਸ ਸਕਾਲਰਸ਼ਿਪ ਠੀਕ ਬੱਚੇ ਨੂੰ ਜਾ ਰਹੇ ਹਾਂ ਨਹੀਂ ਜਾ ਰਹੇ ਹਾਂ, ਹਰ ਵੇਲੇ ਹਾਜ਼ਰ ਹਾਂ, ਸਾਡੇ ਕੋਲ ਜਵਾਬ ਹੈ ਇਸ ਗੱਲ ਦਾ, ਸਾਡੇ ਕੋਲ ਸਬੂਤ ਹੈ, ਹਰ ਇੱਕ ਸਕਾਲਰਸ਼ਿਪ ਦਾ ਸਬੂਤ ਹੁੰਦਾ। ਕੋਈ ਵੀ ਅਮਾਊਂਟ ਘੱਟ ਨਹੀਂ ਹੈਗਾ, ਛੋਟਾ ਨਹੀਂ ਹੈਗਾ। ਜਿੰਨਾ ਜਿਹਦੇ ਕੋਲੋਂ ਬਣ ਸਕਦਾ ਹੈ ਉਹ ਤੁਸੀਂ ਡੋਨੇਟ ਕਰ ਸਕਦੇ ਹੋ, ਮੰਥਲੀ ਕਰ ਸਕਦੇ ਹੋ, ਸਾਰਾ ਜਿੰਨਾ ਪੈਸਾ ਤੁਸੀਂ ਦਿਓਗੇ ਕਦੀ ਵੀ ਉਸ ਦੇ ਉੱਤੇ ਕੁਐਸਚਨ ਕਰ ਸਕਦੇ ਹੋ। ਸਾਡੇ ਆਡਿਟ ਹੁੰਦੇ ਨੇ, ਅਸੀਂ ਚੈਰੀਟੇਬਲ ਔਰਗਨਾਈਜੇਸ਼ਨ ਆ ਜਿਹੜੀ ਰਜਿਸਟਰਡ ਹੈਗੀ ਹੈ। ਬੱਚੇ ਨੇ ਇਹਨਾਂ ਨੂੰ ਸਿਲੈਕਟ ਕਰਨ ਦਾ ਜਿਹੜਾ ਤਰੀਕਾ ਹੈਗਾ ਕਿ ਪਹਿਲਾਂ ਅਖਬਾਰਾਂ ਦੇ ਵਿੱਚ ਐਡ ਦਿੱਤੀ ਜਾਂਦੀ ਹੈ, ਫਿਰ ਉਹ ਬੱਚਿਆਂ ਦੀ ਐਪਲੀਕੇਸ਼ਨਸ ਆਉਂਦੀਆਂ ਨੇ, ਫਿਰ ਉਹ ਬੱਚਿਆਂ ਦੀ ਇਨਕਮ ਲੈਵਲ ਦੇਖੀ ਜਾਂਦੀ ਹੈ, ਉਹਨਾਂ ਦੇ ਮਾਰਕਸ ਦੇਖੇ ਜਾਂਦੇ ਨੇ ਵੀ ਉਹਨਾਂ ਨੇ 60% ਤੋਂ ਉੱਪਰ ਮਾਰਕਸ ਲਿਆਉਂਦੇ ਕਿ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਗਰੀਬ ਹੋਵੇ ਪਰ ਬ੍ਰਾਈਟ ਹੋਵੇ, ਪੁੰਨ ਹੋਵੇ ਅਤੇ ਅੱਗੇ ਪੜ੍ਹਨ ਦਾ ਉਹਦੇ ਮਨ 'ਚ ਸੁਪਨਾ ਹੋਵੇ ਅਤੇ ਐਬਿਲਿਟੀ ਵੀ ਹੋਵੇ। ਸਾਰੇ ਸੈਂਟਰਸ ਦੇ ਵਿੱਚ ਬੱਚਿਆਂ ਨੂੰ ਬੁਲਾ ਕੇ ਫਿਰ ਉਹਨਾਂ ਤੋਂ ਐਗਜ਼ਾਮ ਲਿਆ ਜਾਂਦਾ ਅਤੇ ਫਿਰ ਉੱਥੇ ਇੰਟਰਵਿਊ ਕੀਤਾ ਜਾਂਦਾ ਅਤੇ ਫਿਰ ਬੱਚਿਆਂ ਨੂੰ ਇਹ ਵਜ਼ੀਫੇ ਦਿੱਤੇ ਜਾਂਦੇ। ਉਹਨਾਂ ਨੂੰ ਬੇਨਤੀ ਹੈ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਇਸ ਕਾਰਜ ਦੇ ਵਿੱਚ ਆਪ ਜੀ ਹਿੱਸਾ ਬਣੋ। ਸਾਡਾ ਇਹ ਸੁਪਨਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਸੀਂ 550ਵਾਂ ਸਾਲ ਮਨਾਉਣ ਜਾ ਰਹੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਨੇ ਅਤੇ ਮਹਾਰਾਜ ਨੇ ਤਾਂ ਸਭ ਤੋਂ ਵੱਡਾ ਇੱਕ ਉਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ ਸੀ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਹਾਂਜੀ, ਵੀ ਜਿਹੜਾ ਵਿੱਦਿਆ ਪੜ੍ਹ ਕੇ ਜੇ ਉਹਦੇ ਮਨ ਦੇ ਵਿੱਚ ਪਰਉਪਕਾਰ ਦਾ ਸੁਪਨਾ ਨਹੀਂ ਪੈਦਾ ਹੋਇਆ, ਪਰਉਪਕਾਰ ਲਈ ਤੂੰ ਕੰਮ ਨਹੀਂ ਕੀਤਾ ਕੋਈ, ਅਤੇ ਤੇਰੀ ਵਿੱਦਿਆ ਲਈ ਦਾ ਕੀ ਫਾਇਦਾ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਜੇ ਅਸੀਂ ਗੁਰਪੁਰਬ ਮਨਾਉਣ ਜਾ ਰਹੇ ਹਾਂ ਤਾਂ ਆਓ ਸਾਰੇ ਰਲ ਕੇ, ਜਿਹੜੇ ਪੰਜਾਬ ਦੇ ਜਿਹੜੇ ਬੱਚੇ ਨੇ, ਗੁਰੂ ਨਾਨਕ ਦੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ, ਉਹਨਾਂ ਦੀ ਬਾਂਹ ਫੜੀਏ ਅਤੇ ਉਹਨਾਂ ਨੂੰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਈਏ। ਕਿਉਂ ਨਾ ਆਪਾਂ ਸਾਰੇ ਰਲ ਕੇ 5000 ਸਟੂਡੈਂਟ ਸਾਰੇ ਦੁਨੀਆ ਦੇ ਜਿਹੜੇ ਸਿੱਖ ਭੈਣ ਭਰਾ ਨੇ ਇਕੱਠੇ ਹੋ ਕੇ ਇੱਦਾਂ ਸਪੋਂਸਰ ਕਰਨ ਦਾ ਕਾਰਜ ਕਰ ਸਕਦੇ। ਇਟਸ ਅ ਹਿਊਜ ਅਪਰਚੁਨਿਟੀ ਡੀਅਰ ਡੋਨਰਸ ਕਿ ਅਸੀਂ ਗੁਰੂ ਨਾਨਕ ਦੇ ਮੈਸੇਜ ਨੂੰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਥਰੂ ਅੱਗੇ ਲਿਜਾ ਸਕਦੇ ਹਾਂ ਅਤੇ ਇਸ ਅਪਰਚੁਨਿਟੀ ਨੂੰ ਸਾਨੂੰ ਹਰ ਹਾਲਤ ਵਿੱਚ ਯੂਜ਼ ਕਰਨਾ ਚਾਹੀਦਾ। ਮੇਰੀ ਪੁਰਜ਼ੋਰ ਅਪੀਲ ਹੈ ਸਾਰਿਆਂ ਨੂੰ ਇੱਕ ਵਾਰੀ ਹੋਰ ਕਿ ਇਸ ਪ੍ਰੋਗਰਾਮ 'ਚ ਤੁਸੀਂ ਹਿੱਸਾ ਪਾਓ ਤਾਂ ਜੇ ਇਹ ਪ੍ਰੋਗਰਾਮ ਹੋਰ ਚੰਗੇਰੀ ਤਰ੍ਹਾਂ ਅੱਗੇ ਜਾ। ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਜਿਹੜੀ ਐਪ ਆ ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਸ ਐਪ ਦੇ ਵਿੱਚ ਸਾਰੇ ਵੇਰਵੇ ਦਿੱਤੇ ਹੋਏ ਨੇ, ਬੱਚਿਆਂ ਦੀਆਂ ਫੋਟੋਆਂ ਨੇ, ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਹੁਣ ਤੱਕ ਅਸੀਂ ਸਪੋਂਸਰ ਕੀਤਾ ਉਹਦਾ ਵੇਰਵਾ ਦਿੱਤਾ ਹੋਇਆ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਜਥੇਬੰਦੀ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰੇ ਇਸ ਆਪਣੇ ਜੀਵਨ ਕਾਲ ਦੇ ਵਿੱਚ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਹਾਂ, ਕਿਉਂਕਿ ਇਹੀ ਇੱਕ ਤਰੀਕਾ ਹੈਗਾ। ਪੜ੍ਹਾਈ ਕਰਵਾ ਦਾਂਗੇ ਬੱਚਿਆਂ ਨੂੰ, ਜੇ ਅਸੀਂ ਚਾਹੁੰਦੇ ਹਾਂ ਕਿ ਨੌਜਵਾਨਾਂ ਨੂੰ ਅੱਗੇ ਉਹਨਾਂ ਦਾ ਭਵਿੱਖ ਉਜਲਾ ਹੋਵੇ, ਸ਼ਾਨਦਾਰ ਹੋਵੇ ਅਤੇ ਉਹ ਖੁਸ਼ਹਾਲ ਹੋਣ ਅਤੇ ਉਹਨਾਂ ਨੂੰ ਪੜ੍ਹਾ ਦਿੱਤਾ ਜਾਵੇ। ਇੱਕ ਵਾਰੀ ਹੋਰ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਆਪ ਵੱਧ ਤੋਂ ਵੱਧ ਹਿੱਸਾ ਪਾਓ ਇਸ ਪ੍ਰੋਗਰਾਮ 'ਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।